ਇਹ ਕਲੱਬ ਵੱਲੋਂ ਉਹਨਾਂ ਦੀ ਲਾਈ ਗਈ ਆ। ਮੈਂ ਬੇਨਤੀ ਕਰਾਂ ਕਿਉਂਕਿ ਇਸ ਤੋਂ ਬਾਅਦ ਫਿਰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਸੱਦੀਆਂ ਹੋਈਆਂ ਟੀਮਾਂ ਦੇ ਮੁਕਾਬਲੇ ਹੋਣੇ ਆ। ਬਿੱਟੂ ਭੋਲੇ ਵਾਲੀ ਆ ਵੀ ਮੇਰਾ ਵੀਰ ਕਬੱਡੀ ਦਾ ਪ੍ਰਮੋਟਰ ਸਾਡੇ ਖੇਡ ਮੇਲੇ 'ਚ ਪੁੱਛ ਚੁੱਕਿਆ ਸੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁੱਖੀ ਬਰਾੜ ਜੀ ਨੂੰ। ਫਿਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਇਸ ਮੈਚ ਤੋਂ ਤੁਰੰਤ ਬਾਅਦ ਕਬੱਡੀ ਦਾ ਬਹੁਤ ਹੀ ਸ਼ਾਨਦਾਰ ਜੋ ਮੁਕਾਬਲੇ ਹੋਣਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਵੀ ਟੀਮਾਂ ਜਿਹੜੀਆਂ ਮਗਰ ਤਿਆਰ ਬਾ ਤਿਆਰ ਰਹਿਣਗੀਆਂ ਜਿੱਥੇ ਸਾਡੇ ਖੇਡ ਮੇਲੇ ਦੇ ਵਿੱਚ ਸਾਡੇ ਸੁੱਖੀ ਬਰਾੜ ਜੀ ਜੋ ਅੱਜ ਦੀਆਂ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਇਹ ਮੁਕਾਬਲੇ ਹੋਣਗੇ। ਹੈਲੋ 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 ਪ੍ਰੈਸ ਵਾਲੇ ਵੀਰਾਂ ਅੱਗੇ ਬੇਨਤੀ ਹੈ, ਪ੍ਰੈਸ ਕਲੱਬ ਬਲਾਚੌਰ ਵਾਲੇ ਵੀਰਾਂ ਅੱਗੇ ਬੇਨਤੀ ਕਿ ਜਿਨ੍ਹਾਂ ਨੇ ਕਾਰਡ ਆਈ ਕਾਰਡ ਹਲੇ ਤੱਕ ਨਹੀਂ ਪ੍ਰਾਪਤ ਹੋਏ, ਸ਼੍ਰੀ ਸ਼ਾਮ ਲਾਲ ਜੀ ਪੱਤਰਕਾਰ ਸਾਹਿਬ ਸ਼੍ਰੀ ਸ਼ਾਮ ਲਾਲ ਜੀ ਤੋਂ ਪ੍ਰਾਪਤ ਕਰ ਲੈਣ। ਜਿਹੜੇ ਪੱਤਰਕਾਰ ਵੀਰਾਂ ਦੇ ਹਲੇ ਤੱਕ ਕਾਰਡ ਨਹੀਂ ਮਿਲੇ ਉਹ ਕਿਰਪਾ ਕਰਕੇ ਸਟੇਜ ਦੇ ਸੱਜੇ ਪਾਸੇ ਸ਼ਾਮ ਲਾਲ ਜੀ ਤੋਂ ਪ੍ਰਾਪਤ ਕਰ ਲੈਣ। ਧੰਨਵਾਦ। ਹੈਲੋ ਕਾਂਗਰਸ ਸਾਹਿਬ ਅੱਗੇ ਬੇਨਤੀ ਹੈ ਕਿ ਬੇਰੋਕ ਸਮੇਂ ਦੇ ਨਜਾਕਤ ਨੂੰ ਮੁੱਖ ਰੱਖਦੇ ਹੋਏ ਲਗਾਤਾਰ ਮੈਚ ਜਾਰੀ ਰੱਖੇ ਜਾਣ ਤਾਂ ਕਿ ਜਿਹੜਾ ਹੈ ਪ੍ਰੋਗਰਾਮ ਸਹੀ ਢੰਗ ਦੇ ਨਾਲ ਆਪਣੀ ਦਿਸ਼ਾ ਵੱਲ ਵੱਧਦਾ ਜਾਵੇ। ਹਾਂਜੀ, ਇਸ ਮੈਚ ਤੋਂ ਬਾਅਦ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਜੋ 8 ਸੱਦੀਆਂ ਹੋਈਆਂ ਟੀਮਾਂ ਦੇ ਮੁਕਾਬਲੇ ਹੋਣਗੇ, ਪਹਿਲਾ ਮੈਚ ਹੋਏਗਾ ਜਥੇਦਾਰ ਹਨੂਮਾਨ ਕਬੱਡੀ ਕਲੱਬ ਮੋਹਾਲੀ ਤੇ ਬਾਬਾ ਹੰਸਾ ਸਿੰਘ ਕਬੱਡੀ ਕਲੱਬ ਬੱਛੋਵਾਲ। ਇਹ ਪਹਿਲਾ ਮੈਚ ਦੋਨਾਂ ਟੀਮਾਂ ਵਿਚਕਾਰ ਹੋਏਗਾ। 20 ਮਿੰਟ ਦੇ ਆਹ ਮੁਕਾਬਲਾ ਹੋਣਾ ਦੋਨਾਂ ਟੀਮਾਂ ਦਾ। ਉਨੇ ਸਮੇਂ 'ਚ ਦੋਨੋਂ ਟੀਮਾਂ ਬਿਲਕੁਲ ਤਿਆਰ ਬਾ ਤਿਆਰ ਚਾਹੀਦੀਆਂ। ਦੋਨਾਂ ਕਲੱਬਾਂ ਦੇ ਕੋਚ ਸਾਹਿਬਾਨਾਂ ਨੂੰ ਬੇਨਤੀ ਕਿ ਟੀਮਾਂ ਜਿਹੜੀਆਂ ਬਿਲਕੁਲ ਤਿਆਰ ਬਾ ਤਿਆਰ ਹੋ ਜਾਓ ਜੀ। ਹਾਂਜੀ, ਜਿਹੜਾ ਦੂਸਰਾ ਮੁਕਾਬਲਾ ਹੋਏਗਾ ਬੀਬੀਸੀ ਰੁੜਕਾ ਕਲੱਬ ਤੇ ਰੋਇਲ ਕਿੰਗ USA ਉਹਨਾਂ ਵਿਚਕਾਰ ਦੂਸਰਾ ਮੈਚ ਹੋਏਗਾ। ਇਹ 4 ਟੀਮਾਂ ਜਿਹੜੀਆਂ ਤਿਆਰ ਬਾ ਤਿਆਰ ਹੋ ਜਾਓ। ਤੀਸਰਾ ਮੈਚ ਹੋਏਗਾ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਕੋਟਲੀ ਥਾਨ ਸਿੰਘ ਤੇ NRI ਕਬੱਡੀ ਕਲੱਬ ਨਕੋਦਰ, ਉਹਨਾਂ ਦਾ ਤੀਜਾ ਮੈਚ ਹੋਏਗਾ। ਚੌਥਾ ਮੈਚ ਹੋਏਗਾ BC ਕਬੱਡੀ ਕਲੱਬ ਸਮਰਾਲਾ ਤੇ ਨਾਲ ਅਲਾਇੰਸ ਕਬੱਡੀ ਕਲੱਬ ਸ਼ਾਹਕੋਟ। ਇਹ 8 ਟੀਮਾਂ ਜੋ ਅੱਜ ਪੰਜਾਬ ਦੀਆਂ ਨਾਮਵਰ ਕਲੱਬਾਂ ਨੂੰ ਸਾਡੇ ਖੇਡ ਮੇਲੇ 'ਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ ਟੀਮਾਂ ਆਈਆਂ। ਅਸੀਂ ਸਾਰੀਆਂ ਟੀਮਾਂ ਦੇ ਕੋਚ ਸਾਹਿਬਾਨਾਂ ਦਾ ਧੰਨਵਾਦ ਕਰਦੇ ਹਾਂ ਤੇ ਪਹਿਲੇ ਮੈਚ ਵਾਸਤੇ ਬਾਬਾ ਹੰਸਾ ਸਿੰਘ ਕਬੱਡੀ ਕਲੱਬ ਬੱਛੋਵਾਲ ਨੇੜੇ ਫਲੋਰ ਟੀਮ ਤਿਆਰ ਬਾ ਤਿਆਰ ਹੋ ਜਾਏ ਤੇ ਨਾਲ ਜਥੇਦਾਰ ਹਨੂਮਾਨ ਸਿੰਘ ਕਬੱਡੀ ਕਲੱਬ ਮੋਹਾਲੀ। ਇਹ ਟੀਮਾਂ 20 ਮਿੰਟ ਦੇ ਵਿੱਚ ਤਿਆਰੀ ਕਰ ਲੈਣ ਜੀ ਦੋਨੋਂ ਟੀਮਾਂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੱਥੇ ਅਸੀਂ ਸਮੁੱਚੇ ਖੇਲਾ ਪਰਿਵਾਰ ਦਾ, ਉੱਥੇ ਅਸੀਂ ਬਿੱਟੂ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ ਸਾਡੇ ਇਸ ਖੇਡ ਮੇਲੇ 'ਚ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ। ਹੁਣੇ ਹੁਣੇ ਸਾਡੇ ਦਰਮਿਆਨ ਲਓ ਜੀ ਕਬੱਡੀ ਦਾ ਮੁਕਾਬਲਾ ਸ਼ੁਰੂ ਹੋ ਗਿਆ। ਦਰਸ਼ਕ ਵੀਰ ਤਾੜੀਆਂ ਮਾਰੇ ਇੱਕ ਵਾਰੀ ਜ਼ੋਰਦਾਰ। ਇਹ ਸਾਰੇ ਖਿਡਾਰੀ ਸਾਡੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਇਹ ਬਿਲੋਂਗ ਕਰਦੇ ਆ। ਮਨੀ ਗਬਰੂ ਨੌਜਵਾਨ ਪਹਿਲਾ ਨੰਬਰ ਆਪਣੇ ਬਲਾਚੌਰ ਬਲਾਕ ਲਈ ਗਬਰੂ ਨੌਜਵਾਨ ਨੰਬਰ ਲੈ ਕੇ ਵਾਪਸ ਆਉਂਦਾ ਹੋਇਆ। ਚੱਲ ਵੀ ਸਾਹਮਣੇ ਸੋਨੂ ਪਾ ਕਬੱਡੀ ਚੀਮੇ ਨਗਰ ਆ ਗਬਰੂ ਨੌਜਵਾਨ ਦਾ। ਇੱਕ ਕੰਨੀ ਤੇ ਨਿਗਾਹ ਮਾਰੀਏ ਜਿੰਦਰ ਰੱਖਣਾ ਤਾਂ ਕਬੱਡੀ ਦਾ ਸਟਾਰ ਜਫੀ ਹੈ। ਨਾਲ ਹੀ ਦੇਖਦੇ ਕਿ ਜਿੱਥੇ ਅੱਜ ਸੁਨੀਲ ਵਰਗੇ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਸਾਹਮਣੇ ਜਿੰਦਰ ਰੱਖਣਾ ਟਾਹਾਂ ਪਰ ਜਜਮੈਂਟ ਮਨਜੀਤ ਸਿੰਘ ਜੀ ਭੂਟੀ ਦਾ ਇਸ਼ਾਰਾ ਕਿ ਰੇਡਰ ਸੋਨੂੰ ਆਪਣੀ ਟੀਮ ਲਈ ਸ਼ਾਨਦਾਰ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ। ਇਹ ਹੈ ਕਲਤਰਨ ਦਿਆਲਾ ਵਾਲਾ, ਜਿੱਥੋਂ ਦੇ ਸਰਦਾਰ ਸੰਤੋਖ ਸਿੰਘ ਜੀ ਦਿਆਲਾ, ਬਾਬਾ ਅਮਰੀਕ ਸਿੰਘ ਜੀ ਦਿਆਲਾ ਬਲਦਾਂ ਦੇ ਸ਼ਕੀਨ ਆ। ਉੱਥੇ ਦੇਖਦੇ ਹਾਂ ਕਿ ਗੱਭਰੂ ਕਲਤਰਨ ਦਿਆਲਾ ਇੰਗਲੈਂਡ ਦੀ ਧਰਤੀ ਦੇ ਵੀ ਕਬੱਡੀ ਖੇਡੀ ਹੈ। ਪਰਲੇ ਪਾਸੇ ਗੋਪੀ ਭਰੋ ਬਜਾਰੇ ਵਾਲਾ, ਬਿਲਕੁਲ ਬੰਗਿਆਂ ਤੋਂ ਸਾਲੋਂ ਵਾਲੀ ਸੜਕ ਦੇ ਉੱਪਰ ਪਿੰਡ ਹੈ ਭਰੋ ਬਜਾਰਾ। ਜੀ ਬ੍ਰਹਮਪੁਰੀ ਜੀ ਸਟੇਜ ਤੇ ਸੰਪਰਕ ਕਰਨ, ਬ੍ਰਹਮਪੁਰੀ ਜੀ 2 ਮਿੰਟ ਲਈ ਸਟੇਜ ਤੇ ਸੰਪਰਕ ਕਰ ਸਾਡੇ ਨਾਲ। ਕੈਰੀ ਆਨ ਸਰ, ਨੰਬਰ ਜਾਫੀ ਦਾ ਲਓ ਜੀ ਸਾਹਮਣੇ ਗੱਲਾ ਬਹੂਏ ਵਾਲਾ, ਕਹਿੰਦੇ ਬੜ ਮਜਾਰੇ ਦੇ ਲਾਗੇ ਮਡਾਲੀ ਦੇ ਲਾਗੇ ਬਹੂਆ ਨਗਰ ਆ ਗੱਭਰੂ ਨੌਜਵਾਨ ਦਾ। ਇਸ ਸਮੇਂ ਗੱਲੇ ਬਹੂਏ ਦੀ ਪਾਈ ਹੋਈ ਰੇਡ ਹੈ, 4 ਜਾਫੀ ਵੀ ਤਿਆਰ ਹੈ ਕਿ 1, 2, 3 ਅਸੀਂ 4 ਆ ਭਰਾ, ਜਿਹੜਾ ਸੋਹਣਾ ਲੱਗਦਾ ਤੈਨੂੰ ਹੱਥ ਲਾ। ਸਾਹਮਣੇ ਜਿੰਦਰ ਰੱਖਣਾ ਟਾਹਾਂ ਵਾਲਾ ਜਾਫੀ ਜਫਾ ਨਹੀਂ ਲੈ ਸਕਿਆ ਗੱਭਰੂ ਨੌਜਵਾਨ ਗੱਲਾ ਬਹੂਏ ਵਾਲਾ। ਬਹੁਤ ਹੀ
खुशी दे पल सिडनी तो आस्ट्रेलिया तो कबड्डी के थम सरदार संतोख सिंह अट्टेवाला तो उन्होंने नाल बहुत सारे साथी पहुंचे ने मौजूद शख्सियत उन्होंने भी इस स्टेज वालों जी आए नो तो एक एक कदम सिर मत्थे ते जी कह रही हो जी बहुत ही बढ़िया मैच है सामने अमित गुजर की पाई हुई रेड है बलाचौर की धरती का जंपल भावें अज सत्याने कहते जिला लुधियाने के गभरू का परिवार रह रहा है पर इस मां कबड्डी खेलना प्यार है ये भोंदू जगतपुरी है जाफी जफा नहीं ला सकिया हाँ जी कली ड्यूटी लगाई गई है जो हाफ टाइम तो तुरंत जो शुरू होना हाफ टाइम तुरंत बाद चूना मार कर देन चूने वाले भीर अगे बेनती हाँ जी कली वाला मेरा वीर जल्दी साडे सोडी आस्ट्रेलिया वीर नाल संपर्क करे जो पूरा सहयोग सानू इस खेड मेले च दे रहे है ते सामने मनजीत सिंह जी पूटी का इशारा कि विजय चिंगड़ा अपनी टीम लई शानदार नंबर लैके वापस आंदा होया चल भी सामने गुलशन तोपिया पा कबड्डी धरती माता नू टेकिया मत्था कि मत्था टेकिया गभरू ने हथ जोड़े लगा रब नू ए ध्यान लोको दियो थापड़ा बब्बर शेर नू गुलशन चलिया कबड्डिया पाउन लोको एक कन्नी ते डीसी है दूजी कन्नी ते गोपी भरो मजारा पंजाब दे वख खेड मेले दा सुपर स्टार जफी है पर मारो ताड़ियां गुलशन आज समय अपनी शानदार नंबर लेके वापस आंदा होया एस एच ओ साहब नू बेनती है कि कुछ सुरक्षा मुलाजम स्टेज के पिछे भेज देन एस एच ओ साहब नू बेनती है कि कुछ सुरक्षा कर्मचारी स्टेज के पिछले पासे जरूर भेजन धन्यवाद सर माइक ओवर टू कंग साहब लो जी बहुत बहुत धन्यवाद करते हैं जिते साडे शहीद भगत सिंह नगर जिले के सारे खिडारी मैदान च कबड्डी के यौर दिखा रहे हैं उत्थे वड्डा माण है जिते सरदार अमरजीत सिंह जी खेला सरदार बलजीत सिंह जी खेला खेला परिवार का कि जिन्हें भी जफे जंदर रखना टाहा वाला जा गोपी भरो मजारे वाला लाएगा नाल ही साडा सोढ़ी आस्ट्रेलिया वाले वीर वालों कहिंदे हरेक जफे ते 500 रुपया ये माण होएगा इन्हां गभरूआं का बहुत बहुत धन्यवाद सरदार मनमोहन सिंह जी खेला परिवार का जिन्हां ते सतगुर की वड्डी रहमत है सामने देखदे हां कि गभरू नौजवान चढ़दी ब्रेस है पाई हुई रेड है हुणे हुणे साडे दरमियान सरदार बलबीर सिंह बैंस जिन्हां दा कबड्डी दे विच इक वड्डा नां है कबड्डी दे खेत्र दे विच ओह किसे जान पछाण दा मुहताज नहीं समाज सेवा दे विच ते अजकल गुरु नानक इंटरनेशनल चैरिटेबल ट्रस्ट है उहदे विच सरगर्म ने सरदार बलबीर सिंह बैंस ते उहनां दे नाल मौजूद शख्सियतां पहुंचियां ने उहनां नूं वी साडे वल्लों जी आयां कंग साहब लो जी कबड्डी दा बहुत ही शानदार मुकाबला सामने गल्ला बहूए वाला अपनी टीम ले बेहतरीन नंबर लेके वापस आंदा होया चल भी सामने कलतरन पा कबड्डी के मुंडे कौडी खेडणगे खेडण विच मैदाना आके चेहरे दगदे शेरां दे रखण डौलियां नूं लिशका के दुनिया पहुंची जांदी है दूरों नेड़ियों हम हमाके ओ सिंह फस गए कुंडियां दे तू बह के वेख जवाना मैच ओह ही जितणगे जिन्हां दे डौलिया पट्टां दे विच जाना अज डौलिया पट्टां दी ताकत है सामने देखदे हां कि विजय चिंगड़ दी पाई हुई रेड है चार जफियां दी घुमदी हुई चैन है चार जफियां दे विचों देखदे हां कि कौन जफा भरदा है पुट्ठी कैंची पाउण दी कोशिश है पर विजय चिंगड़ा वाला इस समय अपनी टीम लई बंगा ब्लॉक लई नंबर लैके वापस जांदा होया चल भी सामने अमित पा कबड्डी मावां दे बली पुत चार जाफी भी तैयार ब तैयार है कि मां दी हल्ला शेरी शेर बना दें दी अद रिड़के दा छन्ना मोनू ला दें दी अज मावां दी हल्ला शेरी दे नाल अस्तादां दी खादियां हुई हैं मारें एक कन्नी ते नीले कच्छे च ए डीसी लालो मजारे वाला जफा नहीं ला सकिया अपनी टीम लई अमित शानदार नंबर लैके वापस जांदा होया चल भी सामने सोनू चीमे पा कबड्डी सामने देख रहे कि जंदर रखना टाहा वाला कहिंदे जिन्ने जफे लाएगा साडे अमरजीत सिंह जी खेला बलजीत सिंह जी खेला नाल ही साडे वीर सोढ़ी सिहोंगड़ा आस्ट्रेलिया वाले कहिंदे हरेक जफे ते 500 दे माण होणगे जिन्ने जंदर ते गोपी मैदान दे विच जफे लाउणगे चल भी सामने गुलशन कर ला तैयारी मावां दे बली पुत चार जफी भी तैयार है कि मां दी हल्ला शेरी शेर बना देंदी अद रिड़के दा छन्ना मैनू ला देंदी अज मावां दी हल्ला शेरी दे नाल सामने गोपी भरो मजारे दा लाया होया शानदार जफा पानी मेरे वीर मैदान दे विच पुजदा कर दिओ जी हाँ जी जिन्हें भी साडे नॉर्थ इंडिया कबड्डी दीआं टीमां दे कोच साहब आए साडे सुखी बराड़ जी नाल जल्दी संपर्क कर लो कबड्डी दा पहला मैच होएगा बाबा हंसा सिंह कबड्डी क्लब बच्छोवाल नेड़े फलौर ते जथेदार हनुमान सिंह कबड्डी क्लब मोहाली
ਇਹ 20 ਮਿੰਟ ਦਾ ਸਮਾਂ 20 ਮਿੰਟ ਦਾ ਆ ਮੈਚ ਹੋਵੇਗਾ ਉਸ ਤੋਂ ਬਾਅਦ ਉਹ ਮੁਕਾਬਲਾ ਸ਼ੁਰੂ ਹੋ ਜਾਏਗਾ ਸੋ ਟੀਮਾਂ ਤਿਆਰ ਰਹਿਣ ਤੇ ਸਾਹਮਣੇ ਗੱਲਾ ਬਹੂਏ ਵਾਲਾ ਐਨ ਹਿੱਕ ਦੇ ਜ਼ੋਰ ਨਾਲ ਗੱਭਰੂ ਆਪਣੀ ਟੀਮ ਵਾਸਤੇ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਚੱਲ ਵੀ ਸਾਹਮਣੇ ਮਨੀ ਪਾਕ ਵੱਡੀ ਚੜ੍ਹਦੀ ਬਰੇਸ ਹੈ ਗੱਭਰੂ ਨੌਜਵਾਨ ਦੀ ਕਿ ਇੱਕ ਚੜ੍ਹਦੀ ਜਵਾਨੀ ਦੂਜੀ ਅੱਖ ਮਸਤਾਨੀ ਤੀਜਾ ਭਰ ਜੋਬਨ ਦਾ ਜ਼ੋਰ ਸੋਹਣਿਆ ਤੇਰੀ ਖੇਡ ਦੇਖ ਦੇਖ ਦਰਸ਼ਕਾਂ ਨੂੰ ਚੜ੍ਹਦੀ ਹੈ ਲੋਰ ਸੋਹਣਿਆ ਦਰਸ਼ਕ ਵੀ ਜਿੱਥੇ ਪੂਰਾ ਆਨੰਦ ਮਾਣ ਰਹੇ ਹੈ ਉੱਥੇ ਖੇਲਾ ਪਰਿਵਾਰ ਵੀ ਅੱਜ ਪੂਰਾ ਖੁਸ਼ ਨਜ਼ਰ ਆ ਰਿਹਾ ਕਿ ਸਤਿਗੁਰ ਦੀ ਬੜੀ ਕਿਰਪਾ ਸਾਡੇ ਪਰਿਵਾਰ ਤੇ ਸਾਹਮਣੇ ਦੇਖਦੇ ਹਾਂ ਕਿ ਡਬਲ ਟੱਚ ਦਾ ਇਸ਼ਾਰਾ ਹੋ ਚੁੱਕਾ ਹੈ ਨੰਬਰ ਇਸ ਸਮੇਂ ਮਨੀ ਆਪਣੀ ਟੀਮ ਲਈ ਬਿਹਤਰੀਨ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਚੱਲ ਵੀ ਸਾਹਮਣੇ ਗੱਭਰੂਆ ਪਾਕ ਵੱਡੀ ਜੋ ਖੇਡ ਇੰਦਰਜੀਤ ਸਿੰਘ ਸੋਢੀ ਇੰਦਰਜੀਤ ਸਿੰਘ ਸੋਢੀ ਸਿਡਨੀ ਜਿੱਥੇ ਵੀ ਹੋਣ ਸਟੇਜ ਤੇ ਸੰਪਰਕ ਕਰਨ ਇੰਦਰਜੀਤ ਸਿੰਘ ਸੋਢੀ ਸਿਡਨੀ ਕੰਗ ਸਾਹਿਬ ਹੈਲੋ 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 ਪੱਤਰਕਾਰ ਸਾਹਿਬਾਨ ਜਿਨ੍ਹਾਂ ਦੇ ਕਾਰਡ ਹਾਲੇ ਤੱਕ ਪ੍ਰਾਪਤ ਨਹੀਂ ਹੋਏ ਉਹ ਕਿਰਪਾ ਕਰਕੇ ਸਟੇਜ ਤੋਂ ਲੈ ਲੈਣ ਸ਼੍ਰੀ ਨਰੇਸ਼ ਧੌਲ ਜੀ ਬੈਠੇ ਉਹਨਾਂ ਤੋਂ ਪ੍ਰਾਪਤ ਕਰ ਲੈਣ ਸੋਢੀ ਬਹੁਤ ਬਹੁਤ ਧੰਨਵਾਦ ਸਰਦਾਰ ਬਲਬੀਰ ਸਿੰਘ ਜੀ ਬੈਂਸ ਚੇਅਰਮੈਨ ਕਬੱਡੀ ਰੈਫਰੀ ਬੋਰਡ ਪੰਜਾਬ ਜਿਨ੍ਹਾਂ ਨੇ ਸਕੂਲ ਪੱਧਰ ਤੋਂ ਲੈ ਕੇ ਕਬੱਡੀ ਦੇ ਪੰਜਾਬ ਪੱਧਰ ਦੇ ਖਿਡਾਰੀਆਂ ਤੋਂ ਲੈ ਕੇ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਨੇ ਤੇ ਅੱਜ ਕੱਲ੍ਹ ਉਹ ਚੇਅਰਮੈਨ ਕਬੱਡੀ ਰੈਫਰੀ ਬੋਰਡ ਪੰਜਾਬ ਦੇ ਚੇਅਰਮੈਨ ਨੇ ਤੇ ਨਾਲ ਦੀ ਨਾਲ ਜਿਹੜਾ ਹੈ ਸਮਾਜ ਸੇਵਾ ਦੇ ਵਿੱਚ ਵੱਡਾ ਹਿੱਸਾ ਪਾ ਰਹੇ ਨੇ ਸਰਦਾਰ ਬਲਬੀਰ ਸਿੰਘ ਬੈਂਸ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਇੱਕ ਇੱਕ ਕਦਮ ਸਿਰ ਮੱਥੇ ਲਓ ਜੀ ਸਾਹਮਣੇ ਏ ਸੀ ਰੂਬੀ ਫਤਿਹਪੁਰੀਆ ਕਾਠਗੜ੍ਹ ਦੇ ਲਾਗੇ ਫਤਿਹਪੁਰ ਨਗਰ ਹੈ ਗੱਭਰੂ ਨੌਜਵਾਨ ਦੋਨੋਂ ਭਰਾ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਹੈ ਸੋ ਰੂਬੀ ਫਤਿਹਪੁਰੀਆ ਇਸ ਸਮੇਂ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਸਾਹਮਣੇ ਵੀ ਨਿਗਾਹ ਮਾਰੀਏ ਤੇ ਇਸ ਸਮੇਂ ਗੱਲਾ ਬਹੂਏ ਵਾਲਾ ਦੇਖਦੇ ਹਾਂ ਕਿ ਚਾਰ ਜਾਫੀਆਂ ਦੀ ਘੁੰਮਦੀ ਹੋਈ ਚੈਨ ਹੈ ਕਿ ਚਾਰ ਭਾਈਆਂ ਨੂੰ ਫੜ ਕੇ ਚੈਨ ਬਣਾਉਣੀ ਪੈਂਦੀ ਹੈ ਜੇ ਰੇਡਰ ਨਾ ਮੰਨੇ ਤਾਂ ਗੱਲ ਮਨਾਉਣੀ ਪੈਂਦੀ ਹੈ ਪਰ ਇਸ ਸਮੇਂ ਗੱਲਾ ਬਹੂਏ ਵਾਲਾ ਆਪਣੀ ਟੀਮ ਲਈ ਬਿਹਤਰੀਨ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਚੱਲ ਵੀ ਸਾਹਮਣੇ ਗੁਲਸ਼ਨ ਪਾਕ ਵੱਡੀ ਇੱਧਰ ਵੀ ਚਾਰੇ ਜਾਫੀ ਤਿਆਰ ਹੈ ਇੱਕ ਕੰਨੀ ਤੇ ਨੀਲੇ ਕੱਛੇ 'ਚ ਡੀਸੀ ਲਾਲੋ ਮਜਾਰੇ ਵਾਲਾ ਇਹ ਹੈ ਗੱਭਰੂ ਨੌਜਵਾਨ ਗੋਪੀ ਭਰਿਓ ਮਜਾਰੇ ਵਾਲਾ ਦੁਨੀਆ ਦੇ ਸਟਾਰ ਰੇਡਰਾਂ ਨੂੰ ਰੋਕਣ ਵਾਲਾ ਦੇਖਦੇ ਹਾਂ ਕਿ ਹਿੱਕ ਦੇ ਜ਼ੋਰ ਨਾਲ ਜੱਫਾ ਲਾਉਂਦਾ ਜਾਂ ਗੁਲਸ਼ਨ ਗੱਭਰੂ ਨੌਜਵਾਨ ਥੋਪੀਆ ਵਾਲਾ ਆਪਣੀ ਟੀਮ ਲਈ ਨੰਬਰ ਪ੍ਰਾਪਤ ਕਰਦਾ ਹੈ ਮਾਰੇ ਤਾੜੀਆਂ ਇਹ ਹੈ ਗੋਪੀ ਭਰਿਓ ਮਜਾਰਾ ਬੰਗਿਆਂ ਤੋਂ ਸਾਹਲੋਂ ਵਾਲੀ ਸੜਕ ਤੇ ਰਾਜਾ ਸਾਹਿਬ ਦੇ ਲਾਗੇ ਭਰਿਓ ਮਜਾਰਾ ਨਗਰ ਹੈ ਸਗਬਰੂ ਦਾ ਸ਼ਾਨਦਾਰ ਜੀ ਆਇਆਂ ਨੂੰ ਸਰਦਾਰ ਹਰਪਾਲ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਗਰੇਵਾਲ ਸਪੋਰਟਸ ਕਲੱਬ ਕਿਲਾ ਰਾਏਪੁਰ ਜਿੱਥੇ ਹਰ ਸਾਲ ਮਿੰਨੀ ਓਲੰਪਿਕਸ ਵੱਡੀਆਂ ਖੇਡਾਂ ਜਿਹੜੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਤੱਕਣ ਦੀ ਚਾਹ ਰੱਖਦੇ ਨੇ ਸਰਦਾਰ ਹਰਪਾਲ ਸਿੰਘ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਨਿੱਘਾ ਸਵਾਗਤ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗਰਾਇਆਂ ਦਾ ਇਲਾਕਾ ਕਬੱਡੀ ਖਿਡਾਰੀਆਂ ਦਾ ਇਲਾਕਾ ਲੰਮਾ ਸਮਾਂ ਕਹਿੰਦੇ ਦੇਬਾ ਅਟਾ ਜਿਹਨੇ ਹਿੱਕ ਦੇ ਜ਼ੋਰ ਨਾਲ ਕਬੱਡੀ ਖੇਡੀ ਅੱਜ ਧੰਨਵਾਦ ਕਰਦੇ ਹਾਂ ਉਸ ਨਗਰ ਤੋਂ ਸੋਹਣ ਸਿੰਘ ਜੀ ਅੱਟਾ ਵੀ ਸਾਡੇ ਖੇਡ ਮੇਲੇ ਦੇ ਵਿੱਚ ਪੁੱਜੇ ਹੈ ਉਹਨਾਂ ਦਾ ਵੀ ਇਸ ਖੇਲਾ ਪਰਿਵਾਰ ਵੱਲੋਂ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਜ਼ੋਰ ਤੇ ਜਵਾਨੀ ਦੀ ਖੇਡ ਹੈ ਕਬੱਡੀ ਖਾਧੀਆਂ ਖੁਰਾਕਾਂ ਦਾ ਕਹਿੰਦੇ ਮੈਦਾਨ 'ਚ ਹੀ ਪਤਾ ਲੱਗਦਾ ਹੈ ਦੋਨੋਂ ਟੀਮਾਂ ਸੁਪਰ ਸਟਾਰ ਸਾਡੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਜੋ ਹਫਟਮ ਹੋ ਚੁੱਕਾ ਇੱਕ ਪਾਸੇ ਬੰਗਾ ਬਲੋਕ ਦੂਜੇ ਪਾਸੇ ਬਹੁਤ ਹੀ ਸ਼ਾਨਦਾਰ ਮੁਕਾਬਲਾ ਜਿਹੜਾ ਦੋਨਾਂ ਟੀਮਾਂ ਵਿਚਕਾਰ ਚੱਲ ਰਿਹਾ ਸੋ ਹਾਫ ਟਾਈਮ ਤੱਕ ਬਲਾਚੌਰ ਦੀ ਟੀਮ ਦੇ ਨੇ 13 ਨੰਬਰ ਤੇ 15 ਨੰਬਰ ਜਿਹੜੇ ਉਹ ਬੰਗਿਆਂ ਦੀ ਟੀਮ ਦੇ ਹੈ ਹਾਂਜੀ ਇੱਕ ਜ਼ਰੂਰੀ ਬੇਨਤੀ ਆ ਵੀ ਸਾਡੇ ਖੇਲਾ ਪਰਿਵਾਰ ਵੱਲੋਂ ਜੋ ਆਸਟ੍ਰੇਲੀਆ ਕਬੱਡੀ ਕੱਪ ਕਰਾਇਆ ਜਿਹੜੀਆਂ ਸਾਡੀਆਂ ਕੋਈ ਮਾਤਾ ਭੈਣਾਂ ਬੱਚੀਆਂ ਅਗਰ ਸਾਡੇ ਖੇਡ ਮੇਲੇ 'ਚ ਪੁੱਜੀਆਂ ਤੇ ਸਟੇਜ ਦੇ ਸੱਜੇ ਪਾਸੇ
ਉਹਨਾਂ ਦਾ ਸਟੇਜ ਦੇ ਮੂਹਰੇ ਅਸੀਂ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਉਹ ਸਾਡੀਆਂ ਮਾਤਾ ਭੈਣਾਂ ਬੱਚੀਆਂ ਜਿਹੜੀਆਂ ਉਹ ਸਟੇਜ ਦੇ ਸੱਜੇ ਪਾਸੇ ਦੀ ਆ ਕੇ ਸਟੇਜ ਦੇ ਮੂਹਰੇ ਕੁਰਸੀਆਂ ਲਾਈਆਂ ਗਈਆਂ ਉੱਥੇ ਬੈਠ ਸਕਦੀਆਂ ਬਹੁਤ ਬਹੁਤ ਧੰਨਵਾਦ ਹਾਂਜੀ ਸਰਦਾਰ ਸੰਤੋਖ ਸਿੰਘ ਜੀ ਬੈਂਸ ਸਿਡਨੀ ਤੇ ਬੱਬੀ ਬੈਂਸ ਸਿਡਨੀ ਦੋਨਾਂ ਟੀਮਾਂ ਨੂੰ ਇਹ 500-500 ਰੁਪਏ ਦਾ ਮੇਰੇ ਵੀਰਾਂ ਨੇ ਮਾਣ ਭੇਜਿਆ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਸੰਤੋਖ ਸਿੰਘ ਜੀ ਬੈਂਸ ਸਿਡਨੀ ਤੇ ਸਾਡੇ ਬੱਬੀ ਵੀਰਾਂ ਦਾ ਸਰਦਾਰ ਸੰਤੋਖ ਸਿੰਘ ਜੀ ਅੱਟਾ ਸਿਡਨੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੱਡਾ ਮਾਣ ਹੈ ਦੋਨਾਂ ਟੀਮਾਂ ਵਾਸ ਸਾਹਮਣੇ ਦੇਖਦੇ ਹਾਂ ਕਿ ਸੋਨੂੰ ਚੀਮਿਆਂ ਦੀ ਪਾਈ ਹੋਈ ਰੇਡ ਹੈ ਇੱਕ ਕਹਿੰਦੇ ਚੀਮਾ ਨੂਰ ਮਹਿਲ ਦੇ ਲਾਗੇ ਸਰਬਜੀਤ ਦਾ ਪਿੰਡ ਹੈ ਪਰ ਇਹ ਚੀਮਾ ਨਗਰ ਕਹਿੰਦੇ ਮਕੰਦਪੁਰ ਦਾ ਲੱਕ ਹੈ ਸਾਹਮਣੇ ਜਿੰਦਰ ਰੱਖਣਾ ਟਾਹਾਂ ਦਾ ਲਾਇਆ ਹੋਇਆ ਸ਼ਾਨਦਾਰ ਜਫਾ ਆਪਣੀ ਟੀਮ ਲਈ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਚੱਲ ਵੀ ਸਾਹਮਣੇ ਗੱਭਰੂ ਨੌਜਵਾਨ ਅਮਿਤ ਪਾ ਕਬੱਡੀ ਕਿ ਮਾਰ ਮਾਰ ਮਿਹਨਤਾਂ ਸਰੀਰ ਬਣਾਏ ਨੇ ਪੁੱਛਦੇ ਨੇ ਲੋਕੀ ਇਹ ਕਿਹੜੀ ਮਾਂ ਦੇ ਜਾਏ ਨੇ ਅੱਜ ਪਤਾ ਲੱਗਣਾ ਇਸ ਕੱਪ ਦੇ ਵਿੱਚ ਜਿੱਥੇ ਬਹੁਤ ਹੀ ਸ਼ਾਨਦਾਰ ਕਬੱਡੀ ਦਾ ਖੇਡ ਮੇਲਾ ਹੋ ਰਿਹਾ ਇਹ ਹੈ ਡੀਸੀ ਗਬਰੂ ਨੌਜਵਾਨ ਲਾਲ ਮਜਾਰੇ ਦੀ ਧਰਤੀ ਹੈ ਪਰ ਸਾਹਮਣੇ ਦੇਖਦੇ ਕਿ ਅਮਿਤ ਆਪਣੀ ਟੀਮ ਲਈ ਬਿਹਤਰੀਨ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਬਾਈ ਕਲੀ ਵਾਲੇ ਵੀਰ ਦੀ ਜਿਹਦੀ ਡਿਊਟੀ ਲਾਈ ਗਈ ਹੈ ਬਾਹਰਲੀ ਲਾਈਨ ਬਿਲਕੁਲ ਸਾਡੇ ਰੈਫਰੀਆਂ ਨੂੰ ਨਜ਼ਰ ਨਹੀਂ ਆ ਰਹੀ ਕਲੀ ਵਾਲੇ ਵੀਰ ਨੂੰ ਬੇਨਤੀ ਹੈ ਕਿ ਗਰਾਊਂਡ ਨੂੰ ਇੱਕ ਵਾਰੀ ਫਿਰ ਦੁਲਹਨ ਵਾਂਗੂ ਸ਼ਿੰਗਾਰ ਦਿਓ ਕਿਉਂਕਿ ਇਸ ਤੋਂ ਜਿਹੜੀ ਬੇਨਤੀ ਸਰਦਾਰ ਸੁੱਖੀ ਬਰਾੜ ਜੀ ਜਿੱਥੋਂ ਮੇਰੀ ਆਵਾਜ਼ ਸੁਣਦੇ ਹੋ ਸਰਦਾਰ ਸੁੱਖੀ ਬਰਾੜ ਜੀ ਸਰਦਾਰ ਬਲਵੀਰ ਸਿੰਘ ਉਹਨਾਂ ਨੂੰ ਮਿਲਣ ਸਟੇਜ 'ਤੇ ਸੁੱਖੀ ਬਰਾੜ ਜੀ ਵਿਸ਼ੇਸ਼ ਧੰਨਵਾਦ ਐਸ ਐਚ ਓ ਸਰਦਾਰ ਰਣਜੀਤ ਸਿੰਘ ਦੇਸ਼ਾ ਥਾਣਾ ਪੋਜੇਵਾਲ ਸਰਦਾਰ ਗੁਰਮੁਖ ਸਿੰਘ ਐਸ ਐਚ ਓ ਥਾਣਾ ਬਲਾਚੌਰ ਵਿਸ਼ੇਸ਼ ਧੰਨਵਾਦ ਇੰਸਪੈਕਟਰ ਦਲਜੀਤ ਸਿੰਘ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰਦਾਰ ਪ੍ਰੇਮ ਸਿੰਘ ਜੀ ਐਸ ਐਚ ਓ ਕਾਠਗੜ੍ਹ ਜਿਨ੍ਹਾਂ ਨੇ ਬਹੁਤ ਹੀ ਸਿਕਿਉਰਿਟੀ ਪੱਖੋਂ ਬਹੁਤ ਹੀ ਸੁਚੱਜੇ ਪ੍ਰਬੰਧ ਕੀਤੇ ਨੇ ਇਹਨਾਂ ਅਫਸਰਾਂ ਦਾ ਬਹੁਤ ਬਹੁਤ ਸ਼ੁਕਰੀਆ ਲਓ ਜੀ ਕਬੱਡੀ ਦਾ ਬੜਾ ਸ਼ਾਨਦਾਰ ਮੁਕਾਬਲਾ ਸਾਹਮਣੇ ਮਨੀ ਗਬਰੂ ਦੀ ਪਾਈ ਹੋਈ ਰੇਡ ਹੈ ਦੇਖਦੇ ਹਾਂ ਕਿ ਚਾਰ ਜਾਫੀਆਂ ਦੇ ਵਿੱਚੋਂ ਕੌਣ ਡੱਕਦਾ ਲੈ ਵੀ ਗੋਪੀ ਭਰੋ ਮਜ਼ਾਰਾ ਕਰ ਲੈ ਹੱਥਕਰਾਰ ਆਓ ਮਾਰੀ ਬਠਿੰਡੇ ਦੇ ਬੋਤਿਆਂ ਵਾਂਗੂ ਛਾਲ ਗਬਰੂ ਨੌਜਵਾਨ ਇਸ ਸਮੇਂ ਮਨੀ ਆਪਣੀ ਟੀਮ ਲਈ ਬਿਹਤਰੀਨ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਚੱਲ ਵੀ ਵਿਜੇ ਝਿੰਗੜਾ ਪਾ ਕਬੱਡੀ ਹਾਂਜੀ ਲੜਕਿਆਂ ਦੀਆਂ ਜਿਹੜੀਆਂ ਦੋ ਟੀਮਾਂ ਲੂਜ਼ ਹੋ ਚੁੱਕੀਆਂ ਉਹ ਦੋਨੋਂ ਟੀਮਾਂ ਆਪਣਾ ਪਾਰਟੀਸਪੇਸ਼ਨ ਦਾ ਮਾਣ ਸਨਮਾਨ ਪ੍ਰਾਪਤ ਕਰਨਗੀਆਂ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕਪੂਰਥਲਾ ਤੇ ਦੂਸਰੀ ਟੀਮ ਜਿਹੜੀ ਨਵਾਂਸ਼ਹਿਰ ਉਹ ਆਪਣਾ ਮਾਣ ਸਨਮਾਨ ਜਿਹੜਾ ਪ੍ਰਾਪਤ ਕਰਨਗੀਆਂ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਕਰਾਂਗੇ ਕਿ ਲੜਕੀਆਂ ਦੀਆਂ ਦੋਨਾਂ ਟੀਮਾਂ ਨੂੰ ਸ਼ੀਵਾ ਦੇਣ ਲਈ ਸਰਦਾਰ ਮਨਮੋਹਨ ਸਿੰਘ ਜੀ ਖੇਲਾ ਜਿਸ ਪਰਿਵਾਰ ਤੇ ਸਤਿਗੁਰ ਦੀ ਬੜੀ ਅਪਾਰ ਕਿਰਪਾ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਅਮਰਜੀਤ ਸਿੰਘ ਜੀ ਖੇਲਾ ਸਰਦਾਰ ਬਲਜੀਤ ਸਿੰਘ ਜੀ ਖੇਲਾ ਲਓ ਜੀ ਸਾਹਮਣੇ ਇੱਕ ਕੰਨੀ ਤੇ ਡੀਸੀ ਹੈ ਦੂਜੀ ਕੰਨੀ ਤੇ ਕਲਤਰਨ ਦਿਆਲਾ ਵਾਲਾ ਦੇਖਦੇ ਹਾਂ ਕਿ ਰੇਡਰ ਇਸ ਸਮੇਂ ਕਲਤਰਨ ਉਹ ਜਾਂਦਾ ਸੀ 90 ਦੀ ਸਪੀਡ ਦੇ ਨਾਲ ਆਪਣੀ ਟੀਮ ਬਲਾਚੌਰ ਲਈ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਬਹੁਤ ਬਹੁਤ ਧੰਨਵਾਦ ਫੋਟੋ ਵਾਲਾ ਫੋਟੋ ਕਿਉਂ ਖਿੱਚਦਾ ਹੈ ਫੋਟੋ ਵਾਲਾ ਫੋਟੋ ਕਿਉਂ ਖਿੱਚਦਾ ਹੈ ਜਦ ਫੋਟੋ ਖਿੱਚਦਾ ਹੈ ਤਾਂ ਅੱਖ ਕਿਉਂ ਮਿਚਦਾ ਹੈ